ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ 10 ਲੋਕਾਂ ਨੇ ਪਹਿਲਾਂ ਤਾਂ ਉਸ ਵਿਅਕਤੀ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਤੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਹਸਪਤਾਲ ਦੇ ਵਿੱਚ ਦਮ ਤੋੜ ਦਿੰਦਾ। ਤਾਂ ਦੱਸ ਦਈਏ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਪਹਿਲਾਂ ਤਾਂ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ 2 ਗੁਆਂਢੀਆਂ ਦੇ ਵਿੱਚ ਆਪਸ 'ਚ ਲੜਾਈ ਹੁੰਦੀ ਹੈ। ਹਾਲਾਂਕਿ ਇੱਕ ਗੁਆਂਢੀ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਅਮੀਰ ਹੈ ਅਤੇ ਦੂਸਰਾ ਕਾਫੀ ਜ਼ਿਆਦਾ ਗਰੀਬ ਹੈ। ਤਾਂ ਦੱਸ ਦਈਏ ਕਿ ਇੱਕ ਅਮੀਰ ਗੁਆਂਢੀ ਦੇ ਵੱਲੋਂ ਗਰੀਬ ਗੁਆਂਢੀ 'ਤੇ ਜਦੋਂ ਹਮਲਾ ਕੀਤਾ ਜਾਂਦਾ ਤਾਂ ਉਸਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਜੋ ਗਰੀਬ ਬੰਦਾ ਹੈ ਉਹ ਆਪਣਾ ਪਾਈਪ ਪਾ ਕੇ ਪਾਣੀ ਦੀ ਨਿਕਾਸੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇੰਨੇ ਦੇ ਵਿੱਚ ਹੀ ਦੂਸਰੇ ਗੁਆਂਢੀ ਨੇ ਆ ਕੇ ਉਸਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਅਤੇ ਉਸਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਜਾਂਦੀ ਹੈ। ਹਾਲਾਂਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਹੁਣ ਪੂਰੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ, ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਹੋਇਆ। ਉੱਥੇ ਹੀ ਜਿਸ ਵਿਅਕਤੀ ਦਾ ਕਤਲ ਹੋਇਆ ਉਸਦੇ ਛੋਟੇ ਛੋਟੇ ਬੱਚੇ ਨੇ, ਬੱਚਿਆਂ ਤੱਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਉੱਥੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ, ਕਿਉਂਕਿ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਹ ਸਾਰਾ ਝਗੜਾ ਸ਼ੁਰੂ ਹੋਇਆ ਸੀ ਅਤੇ ਇੱਕ ਵਿਅਕਤੀ ਦਾ ਇਸ ਦੇ ਵਿੱਚ ਕਤਲ ਹੀ ਕਰ ਦਿੱਤਾ ਗਿਆ। ਇਹ ਮੇਰੇ ਪਾਪਾ ਜੀ ਆ ਜੀ, ਸੁਖਵਿੰਦਰ ਸਿੰਘ। ਹਾਂਜੀ, ਇਹ ਡੈਥ ਇੱਦਾਂ ਹੋਈ ਆ ਕਿ ਪਾਣੀ ਦੇ ਮਾਮਲੇ ਤੋਂ ਹੋਈ ਆ ਜੀ, ਸੀਵਰੇਜ ਤੋਂ, ਕਿਉਂਕਿ ਮੇਰੇ ਪਾਪਾ ਜੀ ਨਾ ਮਤਲਬ ਕਿ ਪਾਣੀ ਦੇ ਕਰ ਰਹੇ ਸੀਗੇ, ਸਹੀ ਕਰ ਰਹੇ ਸੀਗੇ ਕਿ ਪੈਪ ਪਾ ਕੇ ਸਹੀ ਕੀਤਾ ਜਾਵੇ, ਕਿਉਂਕਿ ਗੰਦਾ ਪਾਣੀ ਜਿਹੜਾ ਸੀਗਾ ਨਾ ਸਾਰਾ ਸਾਡੇ ਅੰਦਰ ਜਾ ਰਿਹਾ ਸੀਗਾ, ਜਿਸ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਸੀਗਾ। ਠੀਕ ਆ ਜੀ, ਇਹਨਾਂ ਨੇ ਜੀ ਪਾਣੀ ਜਾਣ ਤੋਂ ਜੀ ਇਹਨਾਂ ਨੇ ਜੀ ਮਨਾ ਕਰ ਦਿੱਤਾ। ਮੇਰੇ ਪਾਪਾ ਸਿਰਫ ਗੱਲ ਕਰਦੇ ਪਏ ਸੀ, ਇਹਨਾਂ ਨੇ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਹੈਗਾ ਜੀ। ਅਮਰਜੀਤ ਕੌਰ ਆਂਟੀ ਆਈ ਆ ਜੀ, ਉਹਨਾਂ ਨੇ ਜੀ ਆ ਕੇ ਮੇਰੇ ਪਾਪਾ ਦੇ ਜੀ ਥੱਪੜ ਮਾਰ ਦਿੱਤਾ ਸਿੱਧਾ, ਉਹਨਾਂ ਨੂੰ ਬੋਲਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਜੀ। ਉਸ ਤੋਂ ਬਾਅਦ ਜੀ ਇਹਨਾਂ ਨੇ ਜੀ ਆ ਕੇ ਮੇਰੇ ਪਾਪਾ ਦੇ ਸਿੱਧਾ ਚਪੇੜ ਮਾਰ ਕੇ ਥੱਲੇ ਸਿੱਟ ਦਿੱਤਾ ਵਾ, ਥੱਲੇ ਸਿੱਟ ਕੇ ਬਾਅਦ ਵਿੱਚ ਉੱਪਰ ਆ ਗਈ ਆ, ਉੱਧਰੋਂ ਦੀ ਕਹਿ ਦਿੱਤਾ ਤੁਸੀਂ ਦੇਖਦੇ ਕੀ ਪਏ ਹੋ, ਆਓ ਸਾਰੇ ਜਾਣੇ, ਇਹਨੂੰ ਅੱਜ ਸਬਕ ਸਿਖਾਉਣਾ ਹੀ ਸਿਖਾਉਣਾ ਵਾ। ਅਤੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੇ ਪਾਪਾ ਨੂੰ ਕਹਿੰਦੇ ਜੀ ਇਹਨੂੰ ਮਾਰ ਕੇ ਛੱਡਣਾ ਅੱਜ, ਅਤੇ ਉਸ 10 ਬੰਦੇ ਸੀ ਜੀ, ਪੂਰੇ ਟੋਟਲ 10 ਬੰਦੇ। ਹਾਂਜੀ, ਗੁਆਂਢੀ ਹੈ ਜੀ। ਜੀ ਆਹ ਨਵਾਂ ਘਰ ਬਣਿਆ ਹੋਇਆ ਵਾ ਜੀ, ਜਿਹੜਾ ਵਿੱਕੀ ਤੇ ਲੱਕੀ ਦਾ ਘਰ ਆ ਜੀ, ਇਹਨਾਂ ਦੇ ਪਾਪਾ ਦਾ ਨਾਮ ਸਾਨੂੰ ਪਤਾ ਨਹੀਂ ਕਿਉਂਕਿ ਨਵਾਂ ਘਰ ਬਣਿਆ ਹੋਇਆ ਸੀ, ਇੰਨਾ ਜਾਣਦੇ ਨਹੀਂ ਹੈਗੇ ਇਹਨਾਂ ਨੂੰ। ਠੀਕ ਹੈ ਜੀ। ਜੀ ਆਹ ਜਗਜੀਤ ਕਾ ਘਰ ਆ ਜੀ, ਇਹਨਾਂ ਦਾ ਬੇਟਾ ਬਿੰਦਰੀ ਆ ਜੀ, ਜੀ ਇਹਨਾਂ ਦੀ ਘਰ ਵਾਲੀ ਅਮਰਜੀਤ ਕੌਰ ਆ ਜੀ। ਹਾਂਜੀ, ਤੇ ਆਹ ਵਾਲਾ ਘਰ ਆ ਜੀ ਬਿੰਦਰ ਤੇ ਰਾਣੀ ਦਾ ਘਰ ਆ, ਉਹਨਾਂ ਦੇ 2 ਬੇਟੇ ਆ ਜੀ ਤੇ ਪ੍ਰੀਤ ਸੀਗਾ ਕਿ ਉਹਨਾਂ ਨੂੰ ਲੱਤਾਂ ਮਾਰਦੇ ਹੋਏ। ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਹ ਕੀ ਕਰ ਰਹੇ ਹੋ, ਕਹਿੰਦੇ ਜੀ ਸਾਡੇ ਘਰ ਦੇ ਸੀਗਾ, ਤੁਹਾਨੂੰ ਗਾਲਾਂ ਹੋਈਆਂ, ਤੁਹਾਡਾ ਨਾਮ ਤੁਸੀਂ ਗਵਾਂਢੀ ਹੋ ਜੀ? ਨਹੀਂ, ਮੈਂ ਇਹਨਾਂ ਦੀ ਭਰਜਾਈ ਹਾਂ, ਮੈਂ ਖੁਦ ਬਾਹਰੋਂ ਅੰਦਰ ਜਦੋਂ ਮੈਂ ਬਾਹਰ ਨੂੰ ਆਈ ਨਾ ਮੇਰੀ ਅੱਖਾਂ ਦੇ ਸਾਹਮਣੇ ਮਾਰ ਰਿਹਾ ਸੀ ਲੱਤਾਂ। ਜਦੋਂ ਉਹਨਾਂ ਨੂੰ ਮਾਰਦੇ ਵਿੱਚ ਕਿੰਨੇ ਕੁ ਬੰਦੇ ਸੀ? ਬੰਦੇ ਘੱਟੋ ਘੱਟ 10 ਕੁ ਬੰਦੇ ਸੀਗੇ ਇਹ। ਜੇ ਲੇਡੀਜ਼ ਦੀ ਗੱਲ ਹੈ, ਲੇਡੀਜ਼ ਵੀ ਨਾਲ 2 ਲੇਡੀਜ਼ ਸੀ। ਮਰਡਰ ਹੋਇਆ ਇਹਦਾ ਐਫਆਈਆਰ ਨੰਬਰ 74 ਅੰਡਰ ਸੈਕਸ਼ਨ 302, 120, 506 IPC ਮੁਕਦਮਾ ਦਰਜ ਕਰ ਲਿਆ ਗਿਆ। ਇਹ 9 ਬੰਦਿਆਂ ਦੇ ਅਗੇਂਸਟ ਮਾਮਲਾ ਦਰਜ ਹੋਇਆ। ਪਾਣੀ ਦੇ ਸੀਵਰੇਜ ਦੇ ਪਾਣੀ ਨੂੰ ਲੈ ਕੇ ਲੜਾਈ ਝਗੜਾ ਹੋਇਆ।
ਇਹਦੇ 'ਚ ਇੱਕ ਲੇਡੀ ਗ੍ਰਿਫਤਾਰ ਕਰ ਲਈ ਹੈ, ਬਾਕੀਆਂ ਦੀ ਗ੍ਰਿਫਤਾਰੀ ਵੀ ਐਕਟ ਕਰ